दिल दीवाना ना जाने कब हो गया, का तूने ऐसे देखा के कुछ हो गया, कुछ हो गया, कुछ हो गया, कुछ हो गया मेरी जान। अस्सलाम वालेकुम। वालेकुम भाई जान, क्या हाल है? की हाल है? शुक्र है, तबीयत है ठीक है भाई। और भाई खैर मैं अल्लाह दा करम है जी, तुझे सुनाओ भैया। हां जी, ਮੈਂ ਸੁਣਿਆ ਬਈ ਆਪਣੇ ਕੋਲ ਬੂਟੇ ਵਿਕਾਉ ਖਲਨ। ਹਾਂਜੀ ਹਾਂਜੀ ਬਿਲਕੁਲ। ਕਿਹੜੇ ਕਿਹੜੇ ਬੂਟੇ ਖਲਨ? ਤੁਸੀਂ ਕਿਹੜੇ ਲੈਣੇ ਜੀ? ਭਾਈ ਮੈਂ ਤਾਂ ਲੱਕੜ ਲੈਣੀ ਹੈ, ਹੋਇਆ ਜੇ ਵਪਾਰ। ਆਪਣੇ ਕੋਲ ਆਮ ਵੀ ਖਲਿਆ, ਕਿੱਕਰ ਹੀ ਖਲੇ, ਪਰ ਕੇਲੇ ਦੇ ਬੂਟੇ ਖਲਿਆ ਯਾਰ। ਉਹ ਵਪਾਰ ਜੋ ਆਪਾਂ ਕਰਨਾ ਬਈ, ਪਰ ਕਿੱਕਰ ਹੀ ਖਲੇ, ਪਰ ਬੇਰੀ ਇੱਕ ਖਲੀ ਆ ਯਾਰ। ਉਹ ਮੈਂ ਫਿਲਹਾਲ ਇੱਕ ਦਰਖਤ ਲਾਉਂਗਾ। ਅੱਛਾ, ਚਲੋ ਇੱਕ ਨਾਲ ਗੱਲ ਨਹੀਂ ਬਣਨੀ। ਇਹ ਇੱਕ ਤੇ ਆਂਬ ਲੈ ਲੈ ਜਾਂ ਤੇ, ਪਰ ਉਹ ਕਿੱਕਰ ਇਹਨੂੰ ਲੈ ਲੈ। ਹਾਂ ਭਾਈ, ਦਰਖਤ ਨੂੰ ਵਿਖਾ ਲਵਾਂ ਉਹ। ਹਾਂ ਮੈਨੂੰ ਵਿਖਾ ਲੈ, ਆ ਟੋਰਿਆ। ਹਾਂ ਏ ਭਾਈ, ਆਂਬ ਹੀ ਦੇ ਤਾ ਦੇਖ ਲੈ ਨਾ। ਏ ਭਾਈ ਤੂੰ ਦੇਖ ਲਾ, ਏ ਇਹਦਾ ਦਾ ਆਂਬ ਲੱਗਦਾ ਵੇ, ਇਹਦਾ ਦਾ। ਹਾਂ ਮੈਨੂੰ ਤਾਂ 2 ਕਿਲੋ ਦਾ ਆਂਬ ਹੁੰਦਾ ਇੱਕ। ਮੈਨੂੰ ਤਾਂ ਲੱਕੜ ਨਾਲ ਆਂਬ, ਚਲੋ ਠੀਕ ਹੈ। ਉੱਤਾਂ ਵਾਂ ਲੱਗਦਾ ਉਹ ਮੋੜ ਜਲ ਪੱਟੀ ਜੋ ਮੋੜ ਨਾ ਆਂਬ ਕਿਆ ਦਾ ਬੜਾ ਮੋੜ। ਇਹ ਸਿੰਬਲ ਹੈ ਇੱਕ। ਹਾਂ ਇਸ ਤੋਂ ਬਾਅਦ ਉੱਥੇ ਝਾੜ ਦੇ ਖੇਡਣ ਵਾਲੀ ਇੱਕ ਸਿੰਬਲ ਹੋ ਗਿਆ। ਹਾਂ ਉਹ ਪਵਾ ਬੇਰ ਖਲੀ ਹੈ। ਅੱਛਾ ਹਾਂ, ਇਹਦੇ ਪੈਸੇ ਤੋਂ ਕੇ ਗਾ ਸਾਹਿਬ। ਉਹ ਮੇਰਾ ਭਰਾ ਇਹ ਟੋਰਿਆ ਸਿੱਧਾ। ਹਾਂ ਮੈਨੂੰ ਫਿਲ ਸਾਫ ਸਿੱਧੇ ਸਾਦੇ ਬੂਟੇ ਚਾਹੀਦੇ। ਅੰਬ ਤੇ ਕੀ ਕਰ ਤੂੰ ਢੋਰੇ? ਆ ਢੋਰੇ ਆ ਪਿੱਛੇ ਢੋਰੇ ਆ ਤੇ ਮੰਜੇ ਤੇ ਭਾਈ ਆ। ਇਹ ਹੁਣ ਤੂੰ ਬਾਈ ਬੂਟੇ ਤਾਂ ਮੈਨੂੰ ਵਿਖਾ ਲੈ ਨੀ ਮੇਰਾ ਵੀਰਾ। ਹਾਂਜੀ ਹਾਂਜੀ, ਹੁਣ ਕੋਈ ਕਰਨ ਵਾਲੀ ਗੱਲ ਕਰੇ ਤੇ ਕੋਈ ਸੌਦਾ ਬਣਨ ਵਾਲੀ ਗੱਲ ਕਰਾਂ। ਅੱਛਾ ਤੁਹਾਡੀ ਕੀ ਸਲਾਹ ਹੈ ਮੋੜ ਮੇਰੀ? ਉਹ ਮੇਰਾ ਵੀਰਾ ਗਵਾਂਢੀ ਬੰਦੇ ਆ। ਹਾਂ ਤੇ ਮੈਂ ਗੱਲ ਇਹ ਪਿਆ ਕਰੇ ਨਾ ਬਾਈ, ਇਹ ਦਾ ਤੂੰ ਹੁਣ ਕਿਤਨੇ ਮੰਗਦਾ ਤੇਰੇ ਚੀਜ਼? ਭਾਈ ਭਾਈ ਦੂਆ ਕਰ ਦੋ ਨਾ ਆਪਾਂ ਭਾਈ, ਲੱਖ ਰੁਪਇਆ ਮਈਆ ਬੂਟਿਆਂ ਦਾ ਹੀ। ਲੱਖ ਰੁਪਇਆ? ਹਾਂ ਤੇਰੇ ਵਾਸਤੇ ਫਿਰ ਆਵਾਂ। ਤਾਂ ਵੇਚੂ ਐ ਜਾਂ ਕੋਈ ਸੋਨੇ ਦੀ ਦੇਗ ਵੇਚੂ ਐ? ਏ ਭਾਈ ਆਈ ਜਾਈ ਜਾਂ ਅੰਬ ਲੱਗਦਾ। ਓਏ ਮੈਨੂੰ ਆਮ ਨਾਲ ਕੋਈ ਨਹੀਂ, ਅੰਬ ਲੱਗਦਾ ਮੈਂ ਘਰ ਪੱਕ ਤੇ ਵਾਂ ਤੇ ਲਾਤ ਗੱਡ ਵੇਖ। ਓ ਯਾਰ ਇਹ ਗੱਲ ਨਹੀਂ ਭਾਉ, ਮੈਂ ਲੱਕੜ ਇਹ ਬਾਹਰ ਦੀ ਪਾਰਟੀਆਂ ਦੀ ਗੱਲ ਛਟੇ ਲਿਆ ਦੀ। ਆਸਟ੍ਰੇਲੀਆ ਫਟੇਲੀਆ ਨੂੰ ਤਾਂ ਫਕਰ ਬਾਹਰ ਦੀ ਪਾਰਟੀ ਨੂੰ ਮੈਂ ਕੀ ਕਰਨਾ? ਲੇਬਰ ਮੇਰੀ ਵੇਲੀ ਵਧੀ ਹੈ। ਅੱਛਾ ਥੋੜ ਜੇ ਦੇ ਤਾਈ ਲੱਕੜੀ ਸੰਗੜਾ ਉਹਨਾਂ ਟੁਕਣੀਆਂ ਨੇ। ਇਹ ਲੱਜਾ ਲੋ ਜਗਾ ਵੇਲੀ ਪਈ ਹੈ। ਤੁਹਾਡੇ ਗਵਾਂਢੀ ਪੱਠੇ ਤਾਂ ਕਰੇ ਸਨ ਤੁਹਾਡੇ ਮੁੰਦੇਰ ਭਾਈ। ਗੱਲ ਇਹ ਜਗ੍ਹਾ ਜੇ ਵੇਲੀ ਹੈ ਭਾਈ ਆ, ਉਹ ਟਰਾਲੀ ਮੈਂ ਪਿੱਛਾ ਲਈਆ ਸਾਂ ਤੇ ਮੈਂ ਪਾੜ ਦੇ ਮੰਜਾਂ ਬਣ ਅਗਲੀਆਂ ਗੱਲਾਂ ਅੰਬਾਂ ਦੀ ਕਹੀਂ ਫੜੇ ਨਾ। ਮੈਂ ਬੂਟੇ ਚਾਹੀਦੇ ਨੇ, ਮੈਂ ਅੰਬ ਖੈਰ ਖਾਵਣੇ ਨਾ। ਕਿੱਕਰ ਬਹੁ ਛਾ ਬਣਾਈਂਦਾ ਮੋੜ, ਕੀ ਕਰਾਂ ਨੂੰ ਦਫਾ ਕਰ ਬੜਿਆ ਤੂੰ ਜਿਹੜੇ ਪੈਸੇ ਜਾਇਦਾ ਦੇਣਾ। ਬਹੁ ਬਰਾ ਤੇਰਾ ਤੇ ਲੱਖ ਦਿਨ ਰੱਸੀ ਬੈਠਾ ਕਾ ਤੇਰੀ ਕਹ ਤੋ ਕੇ ਤੇਰੀ ਰਾਮੰਦ ਕੀ ਭਈ ਕੇ ਭਈ ਭਈ ਰੁਪਈਆ ਦਿੰਦੇ ਸਾ 50 ਦਾ? ਨਹੀਂ ਯਾਰ ਇਹਦੇ ਘੱਟ ਚੰਗੇ ਨਹੀਂ ਹੁੰਦੇ ਯਾਰ। ਮੈਂ 50 ਠੀਕ ਹੈ। ਨਹੀਂ ਯਾਰ ਯਾਰ ਤੂੰ 90-80 ਕਰ ਲੈ ਯਾਰ। ਹੋ ਡਾ ਚਲੋ ਭਾਈ 50 ਨਾ ਤਾਂ ਭਾਈ ਚਲੋ 70 ਤੂੰ ਬੈ ਤੇਰੇ 70। ਚਲੋ ਭਾਈ ਠੀਕ ਹੋ ਗਿਆ, ਭਾਈ ਠੀਕ ਹੋ ਗਿਆ। ਚਲੋ ਮੈਂ ਇਹ ਹੁਣ ਮੈਂ ਪਤਾ ਹੀ ਕੀ ਕਰੇ। ਹਾਂਜੀ ਹਾਂਜੀ, ਮੈਂ ਆਪ ਪਹਿਲਾਂ ਤਾਂ ਆਪਦੀ ਲੇਬਰ ਲਾਇਆ ਸਾਂ, ਅਗਰ ਮੇਰੀ ਲੇਬਰ ਨਾ ਆਈ ਤਾਂ ਮੈਂ ਖੁਦ ਆਵਾਂ ਸਾਂ। ਮੇਰੇ ਕੋਲ ਬਵੇਂ ਕੋਕ ਹੋਵੇ, ਪੈਪਸੀ ਹੋਵੇ, ਅੱਛਾ ਕਲੇਮ ਹੋਈਆਂ ਬੋਤਲਾਂ ਚਾਵੇਂ ਜੇ ਨਹੀਂ ਗਾਇਆ ਕੋਈ ਨਾ ਆਵੇ ਉਹ ਚਾਵੇਂ। ਠੀਕ ਹੋ ਗਿਆ ਤੇ ਮੈਂ ਆਇਆ ਸਾਂ। ਆਖੇ ਜੇ ਮੋੜ ਚੰਗਾ ਭਾਈਆ, ਚਲੋ ਭਾਈ ਜਾ ਰਹੇ ਆ। ਹਾਂ ਦੁਆ ਕਰ ਮੇਰੇ ਨਸੀਬ ਹੋਵੇ ਬੂਟੇ। ਹਾਂ ਅੱਲਾ ਕਾਮਯਾਬ ਕਰੀ, ਅੱਲਾ ਦੇਵੀ ਪਾਵਰ ਹੋਦੀ। ਠੀਕ ਹੈ ਹੁਣ 50 ਆ ਜਾ, ਆਪਣੀ ਗੱਲ ਮੁੱਕ ਗਈ। ਮੁੱਕ ਗਈ, ਮੁੱਕ ਗਈ, ਠੀਕ ਹੋ ਗਿਆ। ਅੱਲਾ ਫਿਰ, ਠੀਕ ਹੈ ਅੱਲਾ। ਮਾਇਆ 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 ਤੇ ਫੁੱਲ ਗੁਲਾਬ ਦਾ ਦੀਦੀ, ਚਬਲ ਜਿਹਾ ਕਾਲੀ ਬਣਾ ਦੀ ਮੋਟੇ ਵੇਂਦਾ ਈ ਕਮਲਾ ਜਿਹਾ ਤੇ ਲੱਖ ਦਾ ਸੌਦਾ ਆ। ਹਾਂ ਪੈਸੇ ਵੜਾ ਮੁੱਜਾ ਲੱਗ ਗਈ ਮੈਨੂੰ, ਲੱਖ ਦਾ ਮਾਲ ਆਈ 50 ਦੇ ਗਿਆ ਬੇਵਕੂ। ਆਇਆ ਆਇਆ ਹੁਣ ਟਾਈਮ ਨਾਲ ਪੱਟ ਲੈਣਾ ਤੇ ਸੂਰ ਫੇਰੀ ਨਾ ਵੰਜੇ ਤਾਂ ਬਾਂਹ ਦੇ ਬਹੁ ਦੇਖ ਕੁੜੀ ਲੱਗੇ ਫੇਰ ਵੰਜਦਾ ਚਬਲ ਜਿਹਾ। ਬਿਸਮਿਲ੍ਲਾ ਰਹਿਮਾਨ ਰਹੀਮ, ਮੈਂ ਤੇਰਾ ਸਾਈ ਪਾਰੇ ਲਾਈ, ਲੱਖ ਦਾ ਮਾਲ ਮੈਨੂੰ 50 ਦੇ ਗਿਆ। ਬੜਾ ਔਖਾ ਪਟੀਂਦਾ ਪਿਆ, ਲੇਬਰ ਹੀ ਨਹੀਂ ਆਈ ਅੱਜ। ਯਾਰ ਸਮਝ ਨਹੀਂ ਆਉਂਦੀ ਇਹ ਦਰਖਤ ਦਾ ਮਿਹਰ ਹੈ ਤੇ ਇਹ ਕੌਣ ਪੱਟਾਂ ਨਾਲ ਆਇਆ ਵਾ? ਚਲੋ ਪੁੱਛ ਲੈ ਯਾਰ ਦੇ। ਹੈਲੋ ਕੌਣ ਹੈ? ਓਏ ਕਿਵੇਂ ਪੱਟੀ ਕਰੇ?
मैनू आके लाख तक गल आखी मैं पंजा ला ला बूटे बेच मैनू अच्छा मैं पैसे भरन छोटे छोटे बाल ने ठग है आगे भी इस तरह close till I get up, time is back.